ਜਿਵੇਂ ਕਿ ਕੈਨੇਡਾ ਹਮੇਸ਼ਾ ਹੀ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਰਿਹਾ ਹੈ। ਬਹੁਤ ਸਾਰੇ ਕੇਸ ਜਿੰਨੇ ਵੀ ਫਰੋਡ ਏਜੰਟ ਨਿਕਲਦੇ ਆ ਸਾਰੇ ਦੇ ਸਾਰੇ ਜਲੰਧਰ ਤੋਂ ਹੀ ਪਤਾ ਨਹੀਂ ਕਿਉਂ ਨਿਕਲਦੇ ਆ। ਇੱਕ ਹੋਰ ਵੱਡਾ ਮਾਮਲਾ ਸਾਹਮਣੇ ਦੇਖਣ ਨੂੰ ਆਇਆ ਕਿ ਇੱਕ ਕੁੜੀ ਨੂੰ ਕੈਨੇਡਾ ਨਾਮ ਦੇ ਭੇਜਣ 'ਤੇ ਉਹ ਤੋਂ ਪੈਸੇ ਵੀ ਲੈ ਲਏ ਗਏ, ਉਹ ਤੋਂ ਫੀਸ ਵੀ ਲੈ ਲਈ ਗਈ। ਉਸ ਨੂੰ ਕਿਹਾ ਗਿਆ ਕਿ ਤੂੰ ਡਾਕੂਮੈਂਟ ਲੈ ਕੇ ਇਸ ਹੋਟਲ ਦੇ ਵਿੱਚ ਆ ਜਾ, ਮੇਰਾ ਉੱਥੇ ਸੈਮੀਨਾਰ ਆ ਅਤੇ ਮੈਂ ਤੇਰੇ ਕੋਲੋਂ ਡਾਕੂਮੈਂਟ ਫੜ ਕੇ ਮੈਂ ਤੇਰੀ ਫਾਈਲ ਨੂੰ ਪ੍ਰੋਸੈਸ ਕਰ ਦੂੰਗਾ। ਪਰ ਉੱਥੇ ਕੁੜੀ ਨੂੰ ਬੁਲਾ ਕੇ ਉਸ ਨਾਲ ਰੇਪ ਕੀਤਾ ਜਾਂਦਾ ਹੈ। ਇਹ ਕੋਈ ਨੋਰਮਲ ਏਜੰਟ ਨਹੀਂ ਗਾ ਜਿਹਨੇ ਇੱਕ ਕਮਰਾ ਪਾ ਰੱਖਿਆ ਹੋਊਗਾ, ਇੱਕ ਫੇਮਸ ਏਜੰਟ ਆ, ਕਾਫੀ ਵੱਡੇ ਲੈਵਲ 'ਤੇ ਇਹਦੀ ਫਰੈਂਚਾਈਜ਼ੀ ਚੱਲਦੀ ਹੈ ਪੰਜਾਬ ਦੇ ਵਿੱਚ। ਮਤਲਬ ਕਿ ਇਹਦੀ ਇੱਕ ਇਮੀਗ੍ਰੇਸ਼ਨ ਸੈਂਟਰ ਨਹੀਂ ਗਾ, ਇਹਦੇ ਦੋ ਦੋ ਤਿੰਨ ਤਿੰਨ ਇਮੀਗ੍ਰੇਸ਼ਨ ਸੈਂਟਰ ਆ ਜਿਹੜੇ ਅਲੱਗ ਅਲੱਗ ਜਗ੍ਹਾ 'ਤੇ ਆ। ਅਲੱਗ ਅਲੱਗ ਜਗ੍ਹਾ 'ਤੇ ਹੋਣ ਤੋਂ ਬਾਅਦ, ਮਸ਼ਹੂਰ ਹੋਣ ਦੇ ਬਾਵਜੂਦ, ਵਿਆਹਿਆ ਵਰਿਆ ਹੋਣ ਦੇ ਬਾਵਜੂਦ, ਬਾਲ ਬੱਚਿਆਂ ਹੋਣ ਦੇ ਬਾਵਜੂਦ ਵੀ ਇਸਨੇ ਇੱਕ ਮਾਸੂਮ ਕੁੜੀ ਦਾ ਰੇਪ ਕੀਤਾ ਅਤੇ ਹੁਣ ਇਹ ਪੁਲਿਸ ਦੇ ਅੰਡਰ ਚੱਲ ਰਿਹਾ। ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਕੌਣ ਹੈ ਇਹ ਇਨਸਾਨ, ਕੀ ਇਸ ਦਾ ਨਾਮ, ਕਿਸ ਨਾਮ 'ਤੇ ਇਸ ਦੀ ਟਰੈਵਲ ਏਜੰਸੀ ਆ, ਤੁਹਾਡੇ ਨਾਲ ਪੂਰੀ ਖਬਰ ਸਾਂਝੀ ਕਰਾਂਗੇ। ਪਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਤੁਹਾਡੇ ਵੀ ਘਰ ਭੈਣਾਂ ਹੋਣਗੀਆਂ, ਤੁਹਾਡੇ ਵੀ ਘਰ ਧੀਆਂ ਹੋਣਗੀਆਂ। ਜੇ ਜ਼ਮੀਰ ਜਾਗਦੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, 5 ਲੋਕਾਂ ਤੱਕ ਐਟਲੀਸਟ ਸ਼ੇਅਰ ਕਰਿਓ, ਕਿਉਂਕਿ ਹਰ ਇੱਕ ਇਨਸਾਨ ਕੋਲ ਖਬਰ ਪਹੁੰਚੇ ਕਿ ਇਸ ਦਰਿੰਦੇ ਦੇ ਡਿੱਕੇ ਕੋਈ ਚੜ੍ਹ ਨਾ ਸਕੇ। ਮਾਂ ਭੈਣ, ਫਰਜ਼ ਤੁਹਾਡਾ ਹੈ ਸ਼ੇਅਰ ਕਰਨਾ, ਜੇ ਮੰਨਦੇ ਹੋ ਸਿੱਖ ਧਰਮ ਨੂੰ ਤਾਂ ਜ਼ਰੂਰ ਸ਼ੇਅਰ ਕਰਿਓ। ਮਸ਼ਹੂਰ ਟਰੈਵਲ ਏਜੰਟ ਦਾ ਸ਼ਰਮਨਾਕ ਕਰਤੂਤ, ਕੈਨੇਡਾ ਭੇਜਣ ਦੇ ਨਾਮ 'ਤੇ ਲਾਰਾ ਲਗਾ ਕੇ ਉਸਨੇ ਕੁੜੀ ਨੂੰ ਬੁਲਾਇਆ, ਹੋਟਲ ਕੀਤਾ ਬਲਾਤਕਾਰ, ਅਤੇ ਕੁੜੀ ਨੇ ਪ੍ਰੋਪਰ ਫੋਟੋ ਵੀ ਸ਼ੇਅਰ ਕੀਤੀ ਹੈ ਆਪਣੀ। ਉਸਨੇ ਸਾਫ਼ ਸਾਫ਼ ਲਿਖਿਆ ਹੋਇਆ ਦੇਖ ਸਕਦੇ ਹੋ, ਜਿਵੇਂ ਕਿ ਤੁਸੀਂ ਪੜ੍ਹ ਪਾ ਰਹੇ ਹੋ, ਇੱਕ ਸਕਰੀਨਸ਼ੋਟ ਵੀ ਨਾਲ ਐਡ ਕੀਤਾ ਗਿਆ। ਕੁੜੀ ਨੇ ਸੁਸਾਈਡ ਨੋਟ ਲਿਖਿਆ ਕਿ ਮੈਨੂੰ ਆਹ ਇਨਸਾਨ ਹੈ, ਇਹ ਟਰੈਵਲ ਏਜੰਸੀ ਹੈ, ਜਲੰਧਰ ਦਾ ਇਹ ਏਜੰਟ ਆ, ਮੈਨੂੰ ਇਸਨੇ ਹੋਟਲ ਇਸ ਹੋਟਲ ਦੇ ਵਿੱਚ ਬੁਲਾਇਆ ਅਤੇ ਬੁਲਾਉਣ ਦੇ ਬਹਾਨੇ ਕੁੰਡੀ ਲਾ ਕੇ ਇਹਨੇ ਆਹ ਕੁਝ ਮੇਰੇ ਨਾਲ ਕੀਤਾ। ਕੁੜੀ ਪਹਿਲਾਂ ਡਰੀ ਹੋਈ ਸੀ, ਦੈਨ ਉਸਨੇ ਸਾਰਾ ਕੁਝ ਕਲੀਅਰ ਕਰਤਾ ਆਪਣੇ ਪੇਰੈਂਟਸ ਨੂੰ ਇੱਕ ਲੈਟਰ ਲਿਖ ਕੇ। ਸੋ ਜਦੋਂ ਵੀ ਤੁਸੀਂ ਜਾਓ, ਕਦੇ ਇਕੱਲੇ ਨਾ ਜਾਓ, ਆਪਣੇ ਮਾਂ ਪਿਓ ਨੂੰ ਜਾਂ ਆਪਣੇ ਭਰਾ ਨੂੰ ਜ਼ਰੂਰ ਲੈ ਕੇ ਜਾਇਓ, ਕਿਉਂਕਿ ਮਾਂ ਪਿਓ ਭਰਾ ਤੋਂ ਵੱਧ ਦੁਨੀਆ ਦੇ ਉੱਤੇ ਕੋਈ ਵੀ ਨਹੀਂ ਹੁੰਦਾ। ਹੋਰ ਕਿਸੇ ਏਜੰਟ 'ਤੇ ਜਾਂ ਕਿਸੇ ਪਰਸਨ 'ਤੇ ਵੀ ਭਰੋਸਾ ਨਾ ਕਰੋ, ਭਰਾ ਅਤੇ ਮਾਂ ਪਿਓ ਤੋਂ ਇੱਕ ਬੰਦਾ ਜ਼ਰੂਰ ਜਾਓ।